ਮੇਰਾ ਇੱਕ ਵੀਰ ਭਾਨਾ ਸਿੱਧੂ, ਚਲੋ ਮੈਂ ਪੋਸਟ ਦੇਖਦਾ ਰਹਿਣਾ, ਉਹਨੇ ਕਿਹਾ ਜੀ 32 ਲੱਖ ਰੁਪਏ ਆਮਦਨ ਹੋਊਗੀ ਕਿਸਾਨ ਦੀ ਜੀ। ਉਹ ਜਿਹੜੇ ਫੜਦੇ ਨੇ ਗੇ ਵੀ 8 ਲੱਖ ਦੀ ਫੜ ਲਈ, ਉਹਦੀ ਕੀਮਤ ਨਾਲ ਕਹਿੰਦੇ ਨੇ 8000 ਰੁਪਏ ਕਿਲੋ ਰੇਟ ਹੈ ਜੀ। ਇੱਕ ਐਸੀ ਡਰੱਗ ਹੈ ਜੀ, ਇਹਦੇ ਚ 21 ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੈ। ਪੋਸ ਦੀ ਖੇਤੀ ਹੈ, 20% ਤੁਹਾਡੇ ਕੋਲ 10 ਕਿੱਲੇ ਨੇ ਤਾਂ 2 ਕਿੱਲੇ ਤੁਹਾਨੂੰ ਬੀਜਣ ਦੀ ਆਗਿਆ ਮਿਲੂਗੀ। ਸਰਕਾਰੀ ਰੇਟ ਅਫੀਮ ਦਾ 8000 ਰੁਪਏ ਕਿੱਲੋ ਹੈ, 1 ਕਿੱਲੇ ਮਗਰ 16.5 ਕਿੱਲੋ ਅਫੀਮ ਲਈ ਜਾਂਦੀ ਹੈ। ਤੇ ਜਿਹੜੇ ਪੋਸਤ ਬਚ ਜਾਂਦਾ ਹੈਗਾ ਡੋਡੇ ਵਿੱਚ, ਇਹਨੂੰ ਕਹਿ ਦਿੰਦੇ ਆਪਾਂ ਡੋਡਾ, ਤੁਸੀਂ ਉਹਦੇ 'ਚ ਤੁਸੀਂ ਦੇਖੋ ਕੀ ਕੁਛ ਆ ਉਹ 'ਚ, ਬਹੁਤ ਕੁਛ ਆ ਉਹ 'ਚ। ਉਹਦੇ 'ਚ ਇੱਕ ਨੇਚਰ ਪ੍ਰਕਿਰਿਆ ਹੋ ਗਈ, ਉਹਦੇ 'ਚ ਉਹਦਾ ਰੇਟ ਮਿਲਿਆ ਸਾਰਾ 250 ਰੁਪਏ ਕਿੱਲੋ। ਪੋਸਤ ਦਾ ਬੂਟਾ ਲਾਉਂਦਾ ਉਹ ਤਾਂ ਪਰਚਾ ਪਾਇਆ ਜਾਂਦਾ, ਆਹ ਸੜਕਾਂ ਦੇ ਕੰਡੇ ਜਿਹ 'ਚੋਂ ਸੁਲਫਾ ਚਰਸ ਬਣਦੀ ਹੈ, ਉਹਦੇ ਬੂਟਿਆਂ ਦੇ ਕਿਉਂ ਨਹੀਂ ਪਰਚਾ ਪਾਇਆ ਜਾਂਦਾ ਬਈ? ਚਟਾਲੇ ਸਰਕਾਰ ਸੀ ਜਦੋਂ, 7 ਟਰੱਕ ਇਹਨਾਂ ਦੇ ਡੇਲੀ ਪੋਸਤ ਵਿਕਦੇ ਹੁੰਦੇ ਸੀ। ਪੋਸਤ ਦੀ ਖੇਤੀ ਪ੍ਰਤਾਪ ਸਿੰਘ ਕੈਰੋ ਨੇ ਬੰਦ ਕਰਵਾਈ। ਇੱਕ ਪਾਸਾ ਕਹਿੰਦੇ ਮੰਡੀ ਦੇ ਅਨੁਸਾਰ ਹੀ ਮੰਡੀ ਜੇ ਮਰਜ਼ੀ ਵੇਚੋ, ਕੀ ਜਿਹੜੀ MP 'ਚ ਫਿਰ ਜਿਹੜੀ ਆ ਪੋਸਤ ਹੁੰਦੀ ਹੈ, ਫੀਮ ਹੁੰਦੀ ਹੈ, ਖੇਤੀ ਹੁੰਦੀ ਹੈ, ਕੀ ਉਹ ਖੁੱਲੀ ਮਾਰਕੀਟ ਵੇਚ ਲੈ? ਜੇ ਇਹ ਅਲਾਊਡ ਕਰ ਦੇਣ ਕਿ ਪਰਿਵਾਰ ਦਾ ਘੱਟੋ ਘੱਟ ਜ਼ਿਆਦਾ ਨਹੀਂ ਸਾਲ ਦਾ 1 ਲੱਖ ਰੁਪਇਆ ਬਚੂਗਾ, 20 ਕਿੱਲੋ ਹੀਰੋਇਨ ਫੜੇਗੀ 100 ਕਰੋੜ ਦੀ, ਉਹ ਜਿਹਦੀ ਕੋਈ ਕੀਮਤ ਹੀ ਨਹੀਂ, ਜਿਹਨੂੰ ਅਸੀਂ ਸਾੜਨ ਆਇਆ ਸੀ ਉਹਦੀ ਕੀਮਤ ਕਿਵੇਂ ਲਾ ਸਕਦੇ ਹਾਂ? ਨੇਚਰ ਕੈਪਸੂਲ ਕਹਿੰਦੇ ਨੇ ਜਿਹਨੂੰ। ਇਹਦੇ 'ਚ ਇੱਕ ਸਾਲਟ ਹੁੰਦਾ ਜੀ ਜਿਹੜਾ ਮਿਰਗੀ ਦੇ ਦੌਰੇ 'ਚ ਕੰਮ ਆਉਂਦਾ। ਪੰਜਾਬ ਦੇ ਵਿੱਚ 2 ਲੱਖ ਤਾਂ ਕਾਰਡ ਬਣੇ ਹੋਏ ਨੇ ਜਿਹਨਾਂ ਨੂੰ ਬੁਪੇਨੋਰਫਨ ਗੋਲੀ ਦਿੱਤੀ ਜਾਂਦੀ ਹੈ, ਉਹਨੂੰ ਪੀਸ ਕੇ ਕਈ ਨੌਜਵਾਨ ਜਿਹੜੇ ਮਰੇ ਨੇ ਗੇ ਟੀਕੇ ਲਾ ਕੇ, ਟੀਕੇ ਲਾ ਰਹੇ ਨੇ ਆਪਦੇ ਆਪ। ਜਦੋਂ ਨਾ ਲੋਮੋਟਿਲ ਗੋਲੀਆਂ ਚੱਲਦੀਆਂ ਹੁੰਦੀਆਂ ਸੀ, ਬਿਲਕੁਲ, ਉਦੋਂ ਰਾਮਪੁਰਾ ਬੈਲਟ ਦੇ ਵਿੱਚ ਡੇਲੀ ਦੀ 1.5 ਕਰੋੜ ਦੀ ਸੇਲ ਸੀਗੀ। ਕਹਦੇ ਲੀਡਰਾਂ ਦੇ ਜਿਹੜੇ ਬਾਹਰ ਜਾਂਦੇ ਨੇ ਵੀ ਬਾਹਰ ਕਿੱਥੋਂ ਖਾਂਦੇ ਹੋਣਗੇ, ਆਪਾਂ ਕਹਿੰਦੇ ਖਾਂਦਾ ਖਾਂਦਾ ਵੀ ਬਾਹਰ ਕਿਵੇਂ ਲਿਆਂਦੇ ਹੋਣਗੇ, ਵੀ ਕਿਹਨਾਂ ਦੇ ਪੱਕੇ ਕਾਰਡ ਬਣੇ ਹੋਣਗੇ 100%? ਆ ਜਿੰਨੇ ਜਿਹੜੇ ਐਕਟਰ ਆਪਣੇ ਸ਼ੂਟਿੰਗਾਂ ਕਰਨ ਜਾਂਦੇ ਨੇ ਗੇ ਲੰਡਨ, ਇੰਗਲੈਂਡ, ਸਾਰੇ ਆ CBD ਪ੍ਰਯੋਗ ਕਰਦੇ ਨੇ ਬਾਈ ਜੀ। ਇਹ ਬਹੁਤ ਤਗੜਾ ਨੈਟਵਰਕ ਹੈ, ਡਰੱਗ ਮਾਫੀਆ ਜੁੜਿਆ ਹੋਇਆ। ਸਾਡੇ ਗੁਰੂ ਜੀ ਤਾਂ 400 ਸਾਲ ਪਹਿਲਾਂ ਖੋਜ ਕਰਦੇ ਸੀ, ਕਿਉਂ ਨੀ ਉਹਨਾਂ ਦੇ PhD ਹੋਈਆਂ ਵੀ ਉਹਨੇ ਭੰਗ ਕਿਉਂ ਅਲਾਊਡ ਕੀਤੀ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਵਾਈ TV। ਜਿਵੇਂ ਅਸੀਂ ਪਹਿਲਾਂ ਸੀਰੀਜ਼ ਕਰ ਰਹੇ ਹਾਂ ਖਾਣ ਪੀਣ ਦੀਆਂ ਚੀਜ਼ਾਂ 'ਤੇ ਵੀ ਕਿਹਦੇ ਨੁਕਸਾਨ ਹੈ, ਕਿਸ ਚੀਜ਼ ਨਾਲ ਕੀ ਬਿਮਾਰੀਆਂ ਪੈਦਾ ਹੁੰਦੀਆਂ, ਕਿਹੜੀਆਂ ਚੀਜ਼ਾਂ 'ਤੇ ਸਾਨੂੰ ਗਰੇਜ਼ ਕਰਨਾ ਚਾਹੀਦਾ। ਅੱਜ ਆਪਾਂ ਕਰਾਂਗੇ, ਬੇਸ਼ੱਕ ਇਹ ਚੀਜ਼ ਖਾਣ ਪੀਣ ਵਾਲੀ ਹੈ ਪਰ ਇਹਨੂੰ ਸਿਹਤ ਲਈ ਸਹੀ ਨਹੀਂ ਕਿਹਾ ਜਾਂਦਾ, ਉਹ ਹੈ ਨਸ਼ੇ। ਪਰ ਸਾਡੀ ਇਹ ਤਾਂ ਗੱਲਬਾਤ ਕਰਨੀ ਇਸੇ ਜ਼ਰੂਰੀ ਹੈ ਕਿਉਂਕਿ ਸਾਡਾ ਪੰਜਾਬ ਦੇ ਵਿੱਚ ਨਸ਼ਾ ਇੱਕ ਬੜਾ ਅਹਿਮ ਮੁੱਦਾ, ਚਾਹੇ ਨਸ਼ਾ ਹੋਵੇ ਚਿੱਟੇ ਦਾ, ਚਾਹੇ ਨਸ਼ਾ ਹੋਵੇ ਅਫੀਮ ਦਾ। ਕਿਉਂਕਿ ਜੇ ਚਿੱਟੇ ਦੀ ਗੱਲ ਚਾਹੀਦੀ ਨਾਲ ਇੱਕ ਅਫੀਮ ਦੀ ਚੱਲਦੀ ਹੈ ਕਿ ਅਫੀਮ ਆ ਜਾਵੇ ਤਾਂ ਜਿਹੜਾ ਕਿਸਾਨ ਵੀ ਵੱਧ ਜੂਗਾ ਅਤੇ ਉਹ ਖੇਤੀਬਾੜੀ ਵਧੂਗੀ। ਨਾਲ ਜੇ ਅਸੀਂ ਗੱਲ ਕਰਨੀ ਹੋਵੇ ਸ਼ਰਾਬ ਦੀ, ਕਿਉਂਕਿ ਸ਼ਰਾਬ 'ਤੇ ਕਿਹਾ ਜਾਂਦਾ ਕਿ ਪੰਜਾਬ ਦਾ ਮਾਲੀਆ ਟਿਕਿਆ ਹੋਇਆ, ਗੱਲਬਾਤ ਕਰਾਂਗੇ ਇੱਕ ਹੋਰ ਨਸ਼ੇ ਦੀ, ਜਿਹੜਾ ਭੰਗ ਦੀ, ਜਿਹੜਾ ਕਿਹਾ ਜਾਂਦਾ ਕਿ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਜਿਹੜੇ ਨਿਹੰਗ ਸਿੰਘ ਆ ਉਹ ਜ਼ਿਆਦਾ ਪੀਂਦੇ ਆ, ਉਹ 'ਤੇ ਵੀ ਕਰਾਂਗੇ, ਉਹਦਾ ਕੀ ਲੌਜਿਕ ਹੈ ਅਤੇ ਦੁਨੀਆਂ ਦੇ ਵਿੱਚ ਉਹਦੀ ਕੀ ਮੰਗ ਹੈ, ਸਾਰਿਆਂ ਗੱਲਾਂ 'ਤੇ ਗੱਲਬਾਤ ਕਰਾਂਗੇ ਸਾਡੇ ਨਾਲ ਰਕੇਸ਼ ਕੁਮਾਰ ਜੀ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਧੰਨਵਾਦ ਸਭ ਦਾ, ਬਹੁਤ ਬਹੁਤ ਮੇਰੀ ਵੀਡੀਓ ਨੂੰ ਪਿਆਰ ਦੇਣ ਦਾ, ਕਮੈਂਟ ਕਰਨ ਦਾ, ਲਾਈਕ ਕਰਨ ਦਾ। ਮੇਰਾ ਕੋਈ TRP ਦਾ ਨਹੀਂ ਮਤਲਬ ਹੈਗਾ, ਚਲੋ ਮੈਂ ਤਾਂ ਕਹਿੰਦਾ ਵੀ ਲੋਕ ਇੱਕ ਆਪਾਂ ਲੋਕਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਸੱਚਾਈ ਪਤਾ ਹੋਣੀ ਚਾਹੀਦੀ ਹੈ, ਠੀਕ ਹੈ, ਉਹ 'ਤੇ ਅਮਲ ਕਰਨਾ। ਜਾਂ ਕੁਛ ਲੋਕ ਚਲੋ ਗਲਤ ਕਮੈਂਟ ਵੀ ਕਰਦੇ ਨੇ ਯਾਰ ਵੀ ਇਹ ਤਾਂ ਸਾਰੀਆਂ ਚੀਜ਼ਾਂ ਹੀ ਬੰਦ ਕਰੂਗਾ ਖਾਣੀਆਂ, ਮੈਂ ਨਹੀਂ ਕਹਿੰਦਾ ਹੈ, ਮੈਂ ਤਾਂ ਪਹਿਲਾਂ ਧਿਆਨ ਨਾਲ ਸੁਣੋ ਵੀ ਅਸੀਂ ਲੋਕਾਂ ਨੂੰ ਸਹੀ ਰਸਤੇ 'ਤੇ ਪਾਈਏ, ਬਣਾਉਣ ਵਾਲਿਆਂ ਨੂੰ ਵੀ, ਖਾਣ ਵਾਲਿਆਂ ਨੂੰ ਵੀ। ਭੰਗ ਪੋਸਤ ਦਾ ਇਤਿਹਾਸ ਪੁਰਾਣਾ, ਜਿਹਦੀ ਅੱਜ ਕੱਲ੍ਹ ਮੰਗ ਬਹੁਤ ਉੱਠ ਰਹੀ ਹੈ ਵੀ ਇਹਦੀ ਖੇਤੀ ਹੋਣੀ ਚਾਹੀਦੀ ਹੈ, ਪਰੰਤੂ ਕਈ ਲੋਕਾਂ ਨੂੰ ਜਾਣਕਾਰੀ ਇਹਦੀ ਸਹੀ ਨਹੀਂ ਹੈਗੀ। ਇਹਦਾ ਸਰਕਾਰੀ ਰੇਟ ਅਫੀਮ ਦਾ 8000 ਰੁਪਏ ਕਿੱਲੋ ਹੈ, 1 ਕਿੱਲੇ ਮਗਰ 16.5 ਕਿੱਲੋ ਅਫੀਮ ਲਈ ਜਾਂਦੀ ਹੈ, ਸਾਲ ਦੇ ਵਿੱਚ 1 ਵਾਰੀ ਫਸਲ ਹੁੰਦੀ ਹੈ, ਨੁਕਸਾਨ ਵੀ ਬਹੁਤ ਹੋ ਜਾਂਦਾ ਕਿਉਂਕਿ ਤੋਤੇ ਬਹੁਤ ਨੁਕਸਾਨ ਕਰਦੇ ਨੇ, ਇਹਦਾ ਬੜੀ ਨਿਗਰਾਨੀ ਰੱਖਣੀ ਪੈਂਦੀ ਹੈ ਕਿ ਖੇਤੀ ਬੜੀ, ਐਸੀ ਗੱਲ ਨਹੀਂ, ਪੂਰੀ ਐਕਸਪਲੋਟੇਸ਼ਨ ਚਾਹੀਦੀ ਹੈ। ਜਿਵੇਂ ਕਹਿੰਦੇ ਨਾ ਵੀ ਇਹ ਭੰਗ ਦੀ ਪੋਸਤ ਦੀ ਖੇਤੀ ਕਰੋ, ਪੋਸਤ ਦੀ ਖੇਤੀ ਕਰੋ, ਵੀ ਜਿਵੇਂ ਤੜਕੇ ਉੱਠ ਕੇ ਪੋਸਤ ਦੀ ਖੇਤੀ ਹੋ ਜੂਗੀ 16.5 ਕਿੱਲੋ ਮਿਲ ਗਈ, ਜਿਵੇਂ ਅੱਜ ਦਾ ਭਾਅ ਜਿਵੇਂ ਸਰਕਾਰਾਂ ਲਿਖ ਦਿੰਦੀਆਂ ਨੇਗੀਆਂ 10 ਕਿੱਲੋ ਫੀਮ ਫੜੇਗੀ, 20 ਲੱਖ ਦੀ ਫੀਮ ਫੜੇਗੀ, ਉਹ 20 ਲੱਖ ਦੀ ਫੀਮ ਤਾਂ ਤੁਸੀਂ ਤਾਂ ਸਰਕਾਰੀ ਰੇਟ ਦਾ 8000 ਰੁਪਈਏ ਹੈ, ਉਹਨੂੰ 80000 ਰੁਪਏ ਕਹੋ, ਜਿਵੇਂ ਹੀਰੋਇਨ ਫੜੀ ਜਾਂਦੀ ਹੈ, ਹਾਂਜੀ 20 ਕਿੱਲੋ ਹੀਰੋਇਨ ਫੜੇਗੀ 100 ਕਰੋੜ ਦੀ, ਉਹ ਜਿਹਦੀ ਕੋਈ ਕੀਮਤ ਹੀ ਨਹੀਂ, ਜਿਹਨੂੰ ਅਸੀਂ ਸਾੜਨ ਆਇਆ ਸੀ ਉਹਦੀ ਕੀਮਤ ਕਿਵੇਂ ਲਾ ਸਕਦੇ ਹਾਂ? ਕਿਆ ਸਹੀ ਗੱਲ ਹੈ, ਉਹਨੂੰ ਅਸੀਂ 5 ਕਰੋੜ ਦੀ ਕਿੱਲੋ ਕਿਵੇਂ ਕਹਿ ਸਕਦੇ ਹਾਂ? ਅੰਤਰਰਾਸ਼ਟਰੀ ਕੀਮਤ ਜੀ, ਅੰਤਰਰਾਸ਼ਟਰੀ ਕੀਮਤ ਅਸੀਂ ਜਾ ਕੇ ਵੇਚਣੀ ਹੈ,
ਉਹ ਕਿਹਨੂੰ ਦੱਸਿਆ ਜਾਂਦਾ ਵੀ 100 ਕਰੋੜ ਦੀ ਜਾਂ 3000 ਕਰੋੜ ਦੀ ਫੜ ਲਈ? ਜਿਹੜੀ ਡਰੱਗ ਹੈ ਅਫੀਮ ਇੱਕ ਐਸੀ ਡਰੱਗ ਹੈਗੀ ਜਿਹਨੂੰ ਮੈਂ ਡਰੱਗ ਨਹੀਂ ਕਹਿੰਦਾ ਕਿਉਂਕਿ ਇਹਦੇ 'ਚ 21 ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੈ। ਠੀਕ ਹੈ, ਮੈਂ ਪਹਿਲਾਂ ਕਹਿ ਰਿਹਾ ਮੈਂ ਕੋਈ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰ ਰਿਹਾ, ਮੈਂ ਤਾਂ ਜਿਹੜੀ ਮੇਰੇ ਕੋਲ ਜਾਣਕਾਰੀ ਹੈ ਤੱਥਾਂ ਸਮੇਤ ਮੈਂ ਗੱਲ ਕਰੂੰਗਾ। ਪੋਸਟ ਦੀ ਖੇਤੀ ਕਿਹਨੇ ਬੰਦ ਕਰਵਾਈ? ਪ੍ਰਤਾਪ ਸਿੰਘ ਕੈਰੋਂ ਨੇ ਬੰਦ ਕਰਵਾਈ। ਕੀ ਉਹਨਾਂ ਨੂੰ MP ਦਿਖਦਾ ਨਹੀਂ ਸੀ? ਕੀ ਉਹਨਾਂ ਨੂੰ ਬੰਗਾਲ ਦਿਖਦਾ ਨਹੀਂ ਸੀ? ਕੀ ਉਹਨਾਂ ਨੂੰ ਰਾਜਸਥਾਨ ਦਿਖਦਾ ਨਹੀਂ ਸੀ? ਉਹਨਾਂ ਨੇ ਪੰਜਾਬ ਦੇ ਵਿੱਚ ਹੀ ਖੇਤੀ ਕਿਉਂ ਬੰਦ ਕਰਵਾਈ? ਉਹਨਾਂ ਨੇ ਕੀ ਦੇਖਿਆ ਜਦੋਂ ਇਹ ਬਿਮਾਰੀਆਂ ਚੱਲੀਆਂ? ਪੰਜਾਬ ਦਾ ਖਾਣ ਪੀਣ ਇੰਨਾ ਖੁੱਲ੍ਹਾ ਸੀਗਾ, ਦੇਸੀ ਘਿਓ, ਲੱਸੀਆਂ, ਦੁੱਧ ਪਿਓਰ, ਵੀ ਯਾਰ ਇਹ ਬੰਦੇ ਖਾ ਵੀ ਰਹੇ ਨੇ ਤਾਂ ਘਰੋਟਾਂ ਵਰਗੇ ਹੋਈ ਜਾਂਦੇ ਨੇ, ਕੰਮ ਵੀ ਕਰਦੇ ਨੇ ਯਾਰ, ਬਿਮਾਰ ਵੀ ਨਹੀਂ ਹੁੰਦੇ। ਉੱਥੋਂ ਫਿਰ ਉਹਨਾਂ ਨੇ ਲੌਜਿਕ ਕੱਢਿਆ ਵੀ ਇਹਨੂੰ ਨਾ ਵੀ ਆਪਾਂ ਅਫੀਮ ਪੋਸਟ ਦੀ ਖੇਤੀ ਬੰਦ ਕਰਵਾਈਏ, ਲੋਕਾਂ ਨੂੰ ਵੀ ਚਲੋ ਉਹਨੂੰ ਕੁਦ ਮੈਡੀਸਨ ਤੌਰ 'ਤੇ ਯੂਜ਼ ਕਰਦੇ ਸੀ। ਤੁਸੀਂ ਦੇਖੋ ਵੀ ਉਦੋਂ ਕਿੰਨਾ ਕਿਹਦਾ ਦੁਰਉਪਯੋਗ ਹੁੰਦਾ ਸੀ। ਚਲੋ ਠੀਕ ਹੈ, ਵੀ ਉਦੋਂ ਬਾਅਦ ਸਮੈਕ ਬਣਨ ਲੱਗ ਗਈ, ਹੀਰੋਇਨ ਬਣਨ ਲੱਗ ਗਈ, ਉਹ ਵੀ ਤੁਹਾਨੂੰ ਦੱਸੂੰਗਾ। ਪਰੰਤੂ ਇਹਨਾਂ ਨੇ ਜਿਵੇਂ ਹੁਣ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ 2 ਲੱਖ ਤਾਂ ਕਾਰਡ ਬਣੇ ਹੋਏ ਨੇ ਜਿਹਨਾਂ ਨੂੰ ਬੁਪੇਨੋਰਫਨ ਗੋਲੀ ਦਿੱਤੀ ਜਾਂਦੀ ਹੈ। ਠੀਕ ਹੈ, ਉਹ ਸਰਕਾਰ ਹੋ ਤੁਸੀਂ ਉਹਦਾ 3-3 ਕਿਲੋ ਦਾ ਪੋਸਟ ਦਾ ਲਾਇਸੈਂਸ ਹੀ ਬਣਾ ਦਿਓ ਵੀ ਭਾਈ ਇਹ MP 'ਚੋਂ ਲੈ ਆਉਣਗੇ ਜਾਂ ਹਿਮਾਚਲ 'ਚੋਂ ਉੱਧਰੋਂ ਲੈ ਆਉਣਗੇ, ਬੰਗਾਲ 'ਚੋਂ ਲੈ ਆਉਣਗੇ ਜਾਂ ਇਹਨੂੰ ਮਹਾਰਾਸ਼ਟਰਾ 'ਚੋਂ ਲੈ ਆਉਣਗੇ ਜਾਂ ਰਾਜਸਥਾਨ 'ਚੋਂ ਲੈ ਆਉਣਗੇ, ਵੀ ਭਾਈ 3 ਕਿਲੋ ਪੋਸਟ ਉਹਦੀ ਨਾਲ ਚੱਕ ਸਕਦਾ। ਠੀਕ ਹੈ, ਉਹ ਬੁਪੇਨੋਰਫਨ ਗੋਲੀਆਂ ਘੱਟੋ ਘੱਟ 3 ਮਹੀਨੇ ਦਾ ਕੋਰਸ ਹੁੰਦਾ, ਪਹਿਲਾਂ 3 ਗੋਲੀਆਂ, ਫਿਰ 2.5 ਗੋਲੀਆਂ, ਫਿਰ 2, ਫਿਰ 1.5, ਫਿਰ 1, ਫਿਰ ਅੱਧੀ ਗੋਲੀ ਕਰਨੀ ਪੈਂਦੀ, ਉਹ ਬੰਦ ਕਰਨੀ ਪੈਂਦੀ। 1.5 ਸਾਲ ਹੋ ਗਏ ਉਹ ਗੋਲੀਆਂ ਦੇ ਰਹੇ ਨੇ, ਉਹ ਇੱਕ ਨਸ਼ੇ 'ਤੇ ਲਾਇਆ ਜਾ ਰਿਹਾ। ਤੁਹਾਨੂੰ ਮੈਂ ਹੋਰ ਦੱਸ ਦਿੰਦਾ, ਤਰਾਸ ਦੀ ਉਹਨੂੰ ਪੀਸ ਕੇ ਕਈ ਨੌਜਵਾਨ ਜਿਹੜੇ ਮਰੇ ਨੇਗੇ, ਟੀਕੇ ਲਾ ਰਹੇ ਨੇ ਆਪਦੇ ਆਪ ਟੀਕੇ ਲਾ ਰਹੇ ਨੇ। 2 ਲੱਖ ਦਾ ਕਾਰਡ ਬਣਿਆ ਹੋਇਆ ਜੀ ਪੰਜਾਬ 'ਚ, ਮੇਰੀ ਜਾਣਕਾਰੀ 'ਚ ਵੱਧ ਵੀ ਹੋ ਸਕਦੇ ਨੇ, 2.5 ਲੱਖ ਵੀ ਹੋ ਸਕਦੇ ਨੇ। ਠੀਕ ਹੈ, ਅਤੇ ਜਿਹੜੇ 4-5 ਲੱਖ ਵਰਗੇ ਵਿਚਾਰੇ ਜਿਹੜੇ ਸ਼ਰਮੋ ਸ਼ਰਮੀ ਜਾ ਨਹੀਂ ਸਕਦੇ, ਇਹਦੇ ਨਾਲ ਘੱਟੋ ਘੱਟ 10 ਲੱਖ ਪਰਿਵਾਰ ਜੁੜਿਆ ਹੋਇਆ, ਉਹ 66 ਦੇ ਵਿੱਚ ਇਹਦੀ ਪੋਸਤੀ ਖੇਤੀ ਬੰਦ ਕਰਵਾਈ। ਜਾਂ ਮੈਂ ਕਹਿੰਦਾ ਵੀ ਵਾਕਿਆ ਹੀ ਪੰਜਾਬ ਨੂੰ ਇੱਕ ਨੁਕਰੇ ਲਾਇਆ ਜਾ ਰਿਹਾ ਸੀਗਾ ਵੀ ਪੰਜਾਬ ਨੂੰ ਆਪਾਂ, ਕਿਉਂਕਿ ਇਹ ਲੋਕ ਹੀ ਨੇ ਜਿਹੜੇ ਹਿੰਮਤੀ ਨੇਗੇ, ਜਿਹੜੇ ਸਾਡੇ ਧਰਮ ਦੀ ਰਾਜਨੀਤੀ ਕਰ ਰਹੇ ਨੇਗੇ, ਜੇ ਜਿਹੜੇ ਬੰਦੇ ਦੋ ਲੋਕ ਚਾਹੁੰਦੇ ਨੇ ਵੀ ਅਸੀਂ ਆਪਦੀ ਮਨੋਪਲੀ ਚਲਾਈਏ, ਵੀ ਇੱਕ ਇਹਨੂੰ ਇੱਕ ਰਾਸ਼ਟਰ ਇਹੋ ਜਿਹਾ ਬਣਾ ਦਈਏ, ਧਰਮ ਦੇ ਆਧਾਰ 'ਤੇ ਬਣਾ ਦਈਏ, ਵੀ ਪੰਜਾਬ ਹੀ ਹੈ ਜਿੱਥੋਂ ਇਹ ਲੋਕ ਯਾਨੀ ਕਿ ਇਹਨਾਂ ਨੂੰ ਦੱਬੋ, ਉੱਥੇ ਇਹਨਾਂ ਨੇ ਤੁਸੀਂ ਦੇਖੋ ਵੀ ਕਿੱਡੀ ਵੱਡੀ ਗਲਤੀ। ਉਹ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਸੀਗਾ, ਉਹਨੇ ਕੋਈ ਨਹੀਂ ਸੋਚਿਆ ਵੀ ਮੇਰਾ ਕਿਸਾਨਾਂ ਦਾ ਕੀ ਨੁਕਸਾਨ ਹੋਊਗਾ। ਉਹਨੇ WHO ਨੇ ਉਸ ਟਾਈਮ ਮੈਨੂੰ ਤਾਂ ਪਤਾ ਨਹੀਂ ID ਹੋਊਗਾ ਵੀ 5-7 ਕਰੋੜ ਰੁਪਈਆ ਦਿੱਤਾ, ਵੀ ਜਿਹੜੀਆਂ ਯੂਨੈਸਕੋ ਦੀਆਂ ਆਪਣੀਆਂ ਵੈਕਸੀਨਾਂ ਆਈਆਂ ਜਾਂ ਕੁਛ ਹੋਰ, ਅਸੀਂ ਕਹਿੰਦੇ ਵੀ ਤੁਹਾਨੂੰ ਤੁਸੀਂ ਖੇਤੀ ਬੰਦ ਕਰ ਦਿਓ, ਤੁਹਾਨੂੰ ਅਸੀਂ ਇੰਨਾ ਫੰਡ ਦੇਵਾਂਗੇ। ਇਹਨਾਂ ਨੇ ਉਹ ਫੰਡ ਦੇਖ ਲਿਆ, ਅਤੇ ਜਿਹੜੇ ਲਾਇਸੈਂਸਧਾਰੀ ਸੀਗੇ ਉਹ ਤਾਂ ਵਿਚਾਰੇ ਹੁਣ ਬਹੁਤ ਘੱਟ ਰਹਿ ਗਏ, ਕਿਉਂਕਿ ਜਿਹੜੇ ਆਪਣੇ ਲਾਇਸੈਂਸਧਾਰੀ ਨੇ ਹੁਣ ਵੀ ਇਹ ਡਾਕਟਰ ਕਹਿੰਦੇ ਵੀ ਇਹਨੂੰ ਸੀਜ਼ ਨੂੰ ਫੇਮ ਦੀ ਲੋੜ ਹੈਗੀ, ਉਹਦਾ ਕਾਰਡ ਬਣਦਾ, ਪਰੰਤੂ ਬਹੁਤ ਰੇਅਰ ਬਣਦੇ ਨੇ ਉਹ। ਮੈਨੂੰ ਹੋ ਸਕਦਾ ਵੀ ਸ਼ਾਇਦ ਇਹ ਲੀਡਰਾਂ ਦੇ ਜਿਹੜੇ ਬਾਹਰ ਜਾਂਦੇ ਨੇ, ਵੀ ਬਾਹਰ ਕਿੱਥੋਂ ਖਾਂਦੇ ਹੋਣ, ਆਪਾਂ ਕਹਿੰਦੇ ਖਾਂਦਾ ਵੀ ਬਾਹਰ ਕਿਵੇਂ ਮਿਲ ਜਾਂਦੇ ਹੋਣਗੇ, ਵੀ ਕਿਹਨਾਂ ਦੇ ਪੱਕੇ ਕਾਰਡ ਬਣੇ ਹੋਣਗੇ 100%, ਇਹਦੀ RT ਇਹੀ ਜਾਣਕਾਰੀ ਲੈਣੀ ਚਾਹੀਦੀ ਹੈ। ਚਲੋ ਮੈਂ ਕਹਿਣਾ ਵੀ ਦੇਖੋ ਜਿਹੜੀ ਕੁਦਰਤ ਬਣੀ, ਕੁਦਰਤ ਜਿਹਨੇ ਜਦੋਂ ਬਣੀ, ਕੁਦਰਤ ਬਣੀ, ਸਮਾਜ ਬਣਿਆ, ਤੁਸੀਂ ਜਿਹੜੀ ਚੀਜ਼ ਕੁਦਰਤ ਨੇ ਨੇਚਰ ਪੈਦਾ ਕਰਤੀ, ਤੁਹਾਡੀ ਬਾਡੀ ਨੂੰ ਉਹਦਾ ਕੋਈ ਨੁਕਸਾਨ ਨਹੀਂ ਹੋਊਗਾ। ਜਦੋਂ ਉਹਦਾ ਕੈਮੀਕਲ ਰਿਐਕਸ਼ਨ ਕਰਕੇ ਮੈਂ ਕਹਿੰਦਾ ਫਾਹੇ ਲਾ ਦਿਓ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਜਿਹੜੀ ਪੋਸਟ ਦੀ ਖੇਤੀ ਹੈ, 20% ਤੁਹਾਡੇ ਕੋਲ 10 ਕਿੱਲੇ ਨੇ ਤਾਂ 2 ਕਿੱਲੇ ਤੁਹਾਨੂੰ ਬੀਜਣ ਦੀ ਆਗਿਆ ਮਿਲੂਗੀ। ਮੈਂ ਤਾਂ ਕਹਿੰਦਾ ਵੀ ਜਿਹਨਾਂ ਕੋਲ 4-4 ਕੇ 2.5-2.5 ਕਿੱਲੇ ਨੇ, 3-3 ਕਿੱਲੇ ਨੇਗੇ, ਉਹਨਾਂ ਨੂੰ 1 ਕਿੱਲੇ ਦੀ ਇਜਾਜ਼ਤ ਦੇ ਦੇਣ। ਚਲੋ ਤੁਸੀਂ ਜੇ ਉਹ 'ਚੋਂ ਤੁਸੀਂ ਜਿਵੇਂ ਆਸਟ੍ਰੇਲੀਆ, ਇੰਗਲੈਂਡ ਦੇ ਵਿੱਚ ਇਹਨੂੰ ਤੁਸੀਂ ਜਿਵੇਂ ਕਹਿੰਦੇ ਨੇ ਵੀ ਉਹ ਖੇਤੀ ਦੇ ਵਿੱਚ ਸ਼ਬਦ ਹੁੰਦਾ ਪੱਛ ਲਾ ਕੇ ਅਫੀਮ ਕੱਢ ਸਕਦੇ ਹਾਂ, ਉਹ ਨਾ ਕੱਢਣ ਦਿਓ ਇਹਨੂੰ ਤੁਸੀਂ ਵੀ ਆਪਦੇ 'ਚ ਨਹੀਂ। ਜੇ ਇਹ ਅਲਾਊਡ ਕਰ ਦੇਣ ਇੱਕ ਪਰਿਵਾਰ ਦਾ ਘੱਟੋ ਘੱਟ ਜ਼ਿਆਦਾ ਨਹੀਂ ਸਾਲ ਦਾ 1 ਲੱਖ ਰੁਪਇਆ ਬਚੂਗਾ, ਅਤੇ ਬਕਾਇਦਾ ਗੌਰਮੈਂਟ ਕੁਛ ਲਵੇ, ਗੌਰਮੈਂਟ ਵੀ ਕਾਰਡ ਬਣਾ ਦੇ, ਲਾਇਸੈਂਸ ਬਣਾ ਦੇ। ਬਿਲਕੁਲ, ਤੁਸੀਂ ਜੇ ਮਹੀਨੇ ਦੀ 1/2 ਕਿਲੋ ਕੋਈ ਪੋਸਤ ਖਾਂਦੇ ਖਾਣ ਦਿਓ, ਕੁਦਰਤ ਨੇ ਜਦ ਜ਼ਿੰਦਗੀ ਇੱਕ ਵਾਰ ਮਿਲੀ ਹੈ ਨਾ, ਤੁਸੀਂ ਮੈਂ ਕਹਿੰਦਾ ਮਨੁੱਖੀ ਅਧਿਕਾਰ ਦੀ ਲੰਘਣਾ ਹੋ ਰਹੀ ਹੈ ਵੀ ਜਿਹੜਾ ਇੱਕ ਬੰਦੇ ਨੂੰ ਕੋਈ ਚੀਜ਼ ਖਾਣ ਨੂੰ ਜੀ ਕਰਦਾ, ਕੁਦਰਤ ਨੇ ਪੈਦਾ ਕੀਤੀ ਹੈ। ਕਿਸਾਨ ਦੀ ਜ਼ਮੀਨ ਹੈ, ਇੱਕ ਪਾਸਾ ਕਹਿੰਦੇ ਮੰਡੀ ਦੇ ਅਨੁਸਾਰ ਹੀ ਮੰਡੀ ਜੇ ਮਰਜ਼ੀ ਵੇਚੋ, ਕੀ ਜਿਹੜੀ MP 'ਚ ਫਿਰ ਜਿਹੜੀ ਆ ਪੋਸਟ ਹੁੰਦੀ ਹੈ, ਫੀਮ ਹੁੰਦੀ ਹੈ, ਕੀਤੀ ਹੁੰਦੀ ਹੈ, ਕੀ ਉਹ ਖੁੱਲ੍ਹੀ ਮਾਰਕੀਟ ਵੇਚ ਲੈਣ? ਦਿਓ ਫਿਰ ਅੱਗੇ, ਕਿਆ ਬਾਤ ਆ, ਅੱਗੇ ਦਿਓ, ਨਹੀਂ ਫਿਰ ਸਾਡੇ ਇੱਕ ਕਿਸਾਨ ਪੰਜਾਬ ਦਾ ਵੀ ਉਹੀ ਹੈ ਕਿ ਕਿਸਾਨ ਪੰਜਾਬ ਦਾ ਪੋਸਟ ਦੀ ਖੇਤੀ ਆ ਕੇ ਉਹਦਾ ਜ਼ਿਆਦਾ ਦੁਰਉਪਯੋਗ ਕਰੂਗਾ ਕਿ MP ਨੂੰ ਤੁਸੀਂ ਉਹਨੂੰ 16.5 ਕਿੱਲੋ ਲੈਂਦੇ ਹੋ,
2 किलो का पट्टा देता 3 किले का पट्टा देता दो पंजाब च भी पंजाब ना क्यों धक्का हो रहा है आ मेरा एक वीर भाना सिद्धू चलो मैं पोस्ट देखता रहना उन्हें कहा जी 32 लाख रुपए आमदन होगी किसान की जी ओ जी फटते ने गे भी इन्ने लख की फट ली कीमत ना कहते 8000 रुपए किलो रेट है जी ते मेरे हिसाब से सारा 200-250 रुपया जरा अफीम का रेट 8000 रुपए किलो हाँ जी सरकार क्योंकि पहला 4500 रुपया शायद 1.5 साल 2 साल पहले जानकारी है ठीक है हूँ शायद 8000 रुपया हो गया हो जो पोस्ट बच जाता है डोडे बच जिन्हों कह दें आप डोडास तुम गूगल पर जाओ वो भी वह शब्द डोडास है DODA डोडास पोपी डोडास देखो कि कुछ है बहुत कुछ है एक नेचर प्रक्रिया होगी रेट मिला सारा 150-200 रुपये किलो है ठीक है ब्लैक मार्केट के परंतु मेरी पहला भी एक मैं कहते इंटरव्यू दी सी चैनल से ना एक जिक्र होया चटाले सरकार सी जदों 7 ट्रक इन्हों डेली पोस्ट विकते होंगे सी ये घट्टो घट भी मैं ज्यादा आइडिया नहीं आता घट्टो घट भी गवर्नमेंट में 10 to 15 crore तक आमदन हो सकती है ठीक है आमदन भी हो सकती है जेडे परिवार के लख लख सवा सवा लख रुपया एक परिवार का बचूगा फिर जिहड़ा आ मैं कई बच्चे देखे ने ऐसे वो मावं इनिया खुश होंदिया सी उदों मैं थोड़ी रेट सीगा पोस्ट का बेचारिया मंगवादियां होंदिया सी पुत मंगवा दो कितों किसी नूं कहिंदी बेचारी भी मेरा पुत चिट्टे ते लग गया कहिंदा मैनूं पोस्ट मंगा दो मैं हट जाऊंगा हाँ जी वह 3-4 चमचे 5 चमचे तो 3-4 चमचे तो 2 चमचे से आ जाता है वह चिट्टा हट जाता कई हटे ने बच्चे ठीक है परंतु वह बेचारिया मावं हुण रोंदियां ने भी वह रेट ही ब्लैक च इन्ना ज्यादा हो गया 4500-4500 रुपए किलो हो गया भी यार की हो रहा है कुदरत एक नेचर फसल NDPC एक्ट है जिहड़ा पोस्ट का बूटा लाउंदा उहदा परचा पाया जाता आ सड़कां दे कंडे जी चो सुलफा चरस बनती है उहदे बूटियां ते क्यों नहीं परचा पाया जाता बई की उह सरकारी जमीन ते है इहदा मतलब कि असीं किसानां नूं बेनती करदे आ वी पाइया पाइया खसखस लै लिया करो आ जिहड़ी सरकारी जमीन आ इहनां ते सुट दिया करो ना कोई परचा पऊ ना कुछ नहरां दे कंडे ते सुट दो वी तां चाहुंदे तुसीं उह ते परचा नहीं पाया जाता ਉਹਨੂੰ ਉਹ ਚ ਵੀ 10 ਸਾਲ ਦੀ ਸਜ਼ਾ ਹੈ NDPS ਚਰਸ ਦੇ ਵਿੱਚ ਤੇ ਜੇ ਵਿਚਾਰਾ ਕੋਈ ਕਿਸੇ ਨੇ 50-60 ਬੂਟੇ ਬੀਜ ਲਏ ਉਹਦੇ ਪਰਚਾ ਪਾ ਦਿੱਤਾ ਜਾਂਦਾ ਉਹਦੇ ਚ ਬਲਕਿ ਹਲੇ ਉਹ ਚ ਓਪੀਅਮ ਦੀ ਮਾਤਰਾ ਨਹੀਂ ਬਣੀ ਹੁੰਦੀ ਬਲਕਿ ਈਵਨ ਉਹ ਇੱਕ ਪਾਲਕ ਵਾਂਗੂ ਸਬਜ਼ੀ ਹੈ ਉਹਦੇ ਚ ਦੇਖੋ ਮੇਰੇ ਥੋੜੇ ਇੱਕ ਸਪੈਸ਼ਲ ਮੈਂ ਕਹਿੰਦਾ ਵੀ ਚਲੋ ਇੱਕ ਵਿਸ਼ਾ ਚਾਹੀਦਾ ਜਿਵੇਂ ਮੇਰਾ ਵੀਰ ਇੱਕ ਤੁਹਾਨੂੰ ਦੱਸਿਆ ਵੀ ਕਈ ਚੈਨਲ ਤੇ ਵੀ ਇੰਨੀ ਆਮਦਨ 20 ਲੱਖ ਰੁਪਏ ਏਕੜ ਹੋ ਸਕਦੀ ਗਲਤ ਹੈ ਉਹ ਦੇਖੋ ਸਭ ਤੋਂ ਪਹਿਲਾਂ ਤਾਂ 20% ਮਿਲਣਾ ਆਪਾਂ ਨੂੰ ਅੱਗੇ ਬੀਜਣ ਦੀ ਫਿਰ ਉਹਦੇ ਵਿੱਚ 16.5 ਕਿਲੋ ਗੌਰਮੈਂਟ ਨੇ ਲੈ ਲੈਣੀ ਹੈ ਵੀ ਕਹਿਣ ਦਾ ਮਤਲਬ ਜਦੋਂ MP 'ਚ ਹੈ ਰਾਜਸਥਾਨ 'ਚ ਹੈ ਵੀ ਉਹ ਉੱਥੇ ਜਿਹੜਾ ਸਾਡਾ ਮੁੱਖ ਮੰਤਰੀ ਕਰ ਗਿਆ ਮੈਂ ਤਾਂ ਕਹਿੰਦਾ ਵੀ ਉਹ ਐਡਾ ਸਾਡੇ ਵਾਸਤੇ ਇੱਕ ਸਾਨੂੰ ਡੋਬ ਗਿਆ ਪੰਜਾਬ ਦੇ ਕਿਸਾਨਾਂ ਨੂੰ ਠੀਕ ਹੈ ਕਿਉਂਕਿ ਕੁਛ ਮਾਤਰਾ 'ਚ ਬੀਜ ਕੇ ਕਿਸਾਨ ਜਿਹੜੇ ਅੱਜ ਕੱਲ੍ਹ ਹੁਣ ਬਲੈਕ ਦੇ ਵਿੱਚ ਵਿਚਾਰੇ ਮਜਬੂਰੀ ਬਣ ਗਈ ਬਾਈ ਜੀ ਇਹ ਬਹੁਤ ਤਕੜਾ ਨੈੱਟਵਰਕ ਹੈ ਡਰੱਗ ਮਾਫੀਆ ਜੁੜਿਆ ਹੋਇਆ ਤੁਸੀਂ ਲਾ ਲਓ ਜਦੋਂ ਨਾ ਲੋਮੋਟਲ ਗੋਲੀਆਂ ਚੱਲਦੀਆਂ ਹੁੰਦੀਆਂ ਸੀ ਬਿਲਕੁਲ ਉਦੋਂ ਰਾਮਪੁਰਾ ਬੈਲਟ ਦੇ ਵਿੱਚ ਡੇਲੀ ਦੀ 1.5 ਕਰੋੜ ਦੀ ਸੇਲ ਸੀਗੀ ਠੀਕ ਹੈ ਇੱਕ ਦਿਨ ਦੀ ਇੱਕ ਬੈਲਟ ਰਾਮਪੁਰਾ ਬੈਲਟ ਠੀਕ ਹੈ ਤੇ ਲੋਕਾਂ ਦੇ ਜਿਹੜੇ ਨਾੜਾਂ ਖਰਾਬ ਹੋਈਆਂ ਮਿਹਦੇ ਖਰਾਬ ਹੋਏ ਇੱਟ ਵਰਗੇ ਮਿਹਦੇ ਹੋ ਗਏ ਅੱਜ ਕੱਲ੍ਹ ਜਿਵੇਂ ਹੁਣ ਜਿਹੜੀ ਡਰੱਗ ਚੱਲ ਰਿਹਾ ਮੈਂ ਉਹਦਾ ਨਾਂ ਪਿੱਛੇ ਬੈਨ ਵੀ ਲੱਗਿਆ ਸੀ ਉੱਤੇ ਸਿਗਨੇਚਰ ਕੈਪਸੂਲ ਕਹਿੰਦੇ ਨੇ ਜਿਹਨੂੰ ਹਾਂ ਚੱਲ ਰਿਹਾ ਬਹੁਤ ਚੱਲ ਰਿਹਾ ਤੁਸੀਂ ਖੜ ਜਾਓ 2-2.5 ਸਾਲ ਤੁਹਾਨੂੰ ਕੰਧਾਂ ਨਾਲ ਟੱਕਰਿਆ ਮਾਰਦਾ ਦਿਖਾਉਂਦਾ ਨੌਜਵਾਨ ਮੁੰਡੇ ਅੱਛਾ ਜੀ ਬੜੇ ਚੱਲ ਰਹੇ ਆਮ ਹੀ ਮਿਲਦੇ ਹੁਣ ਉਹ ਇਹ ਮਿਰਗੀ ਦੇ ਦੌਰੇ ਬਸ ਬਾਈ ਜੀ ਬਾਈ ਦੁਨੀਆ ਇੰਨੀ ਪੈਸੇ ਦੀ ਉਹ ਹੋ ਗਈ ਨਾ ਲਾਲਚੀ ਹੋ ਗਈ ਇਹਦੇ ਵਿੱਚ ਦੇਖੋ ਸਰਕਾਰਾਂ ਦਾ ਕਸੂਰ ਹੈ ਕਿਉਂ ਨਹੀਂ ਸਰਕਾਰਾਂ ਪੋਸਟ ਕਰਦੀਆਂ ਪੋਸਟ ਤੁਸੀਂ ਇੱਕ ਯਾਰ ਕਿਸਾਨ ਸਾਡਾ ਐਡਾ ਮਾੜਾ ਤਾਂ ਨਹੀਂ ਹੈਗਾ ਹਾਂ ਸਿਗਨੇਚਰ ਦੇ ਕੈਪਸੂਲ ਬਾਰੇ ਜ਼ਰੂਰ ਦੱਸਿਓ ਵੀ ਉਹ ਕੀ ਚੀਜ਼ ਹੈ ਇਹਦੇ 'ਚ ਇੱਕ ਸਾਲਟ ਹੁੰਦਾ ਜੀ ਜਿਹੜਾ ਮਿਰਗੀ ਦੇ ਦੌਰੇ 'ਚ ਕੰਮ ਆਉਂਦਾ ਹੈਗਾ ਠੀਕ ਹੈ ਮਿਰਗੀ ਦੇ ਪੇਸ਼ੈਂਟਾਂ ਵਾਸਤੇ ਹੁੰਦਾ ਹੈਗਾ ਠੀਕ ਹੈ ਉਹਦੀ ਨਾ ਜਿਹੜੀ ਉਹਦੀ ਜਿਹੜੀ ਇੰਗਰੀਡੈਂਟ ਦੀ ਮਾਤਰਾ ਹੁੰਦੀ ਹੈ ਜਿਹੜੀ ਉਹਦੇ ਸਾਲਟ ਪਾਇਆ ਹੋਇਆ ਉਹਦੀ ਮਾਤਰਾ ਵਧਾ ਦਿੱਤੀ ਉਹਨਾਂ ਨੇ ਉਹ ਵਧਾਤੀ ਉਹਦੇ ਨਾਲ ਇੱਕ ਨਾ ਬਾਡੀ ਨੂੰ એનર્ਜੀ ਮਿਲਦੀ ਹੈ ਪਰੰਤੂ ਉਹ 10 ਦਿਨਾਂ ਬਾਅਦ ਫਿਰ એનર્ਜੀ ਹੋਰ ਭਾਲਣ ਲੱਗ ਜਾਂਦਾ ਫਿਰ ਕੈਪਸੂਲ ਹੋਰ 2 ਖਾਣੇ ਪੈਂਦੇ ਨੇ ਫਿਰ 3 ਖਾਣੇ ਪੈਂਦੇ ਨੇ ਈਵਨ ਤੁਸੀਂ ਫਿਰ ਉਹ ਬ੍ਰੇਨ ਦੀਆਂ ਨਾੜਾਂ ਹੀ ਇੰਨੀਆਂ ਤੁਹਾਡੀਆਂ ਸੁੰਨ ਹੋ ਜਾਣਗੀਆਂ ਤੁਸੀਂ 3-4 ਸਾਲ ਨੂੰ ਦੇਖੋ ਬੈਡ ਇਫੈਕਟ ਇਹਦਾ ਬਹੁਤ ਜ਼ਿਆਦਾ ਬੈਡ ਇਫੈਕਟ ਪਊਗਾ ਠੀਕ ਹੈ ਮੈਂ ਤਾਂ ਚਲੋ ਸਰਕਾਰਾਂ ਨੂੰ ਬੇਨਤੀ ਕਰਦਾ ਵੀ ਇਹਦੇ ਵੀ ਹੱਲ ਹੈਗੇ ਨੇ ਕਿ ਕੱਢ ਲਓ ਜਿਹੜੀ ਪੋਸਟ ਦੀ ਖੇਤੀ ਹੈ ਜਦੋਂ 20% ਤਾਂ ਆਪਾਂ ਕਿਸਾਨ ਬਚ ਹੀ ਰਹੂਗਾ ਵੀ ਫਿਰ ਉਹ ਕਹਿੰਦੇ ਨੇ ਆਪਾਂ ਸਾਰਿਆਂ ਨਾਲ ਹੱਲ ਲੱਭਣਾ ਆਪਾਂ ਝੋਨੇ ਦਾ
ਉਹ ਤਾਂ ਖੇਤੀ ਠੰਡ ਦੀ ਆ ਹੁਣ ਹੋਊਗੀ ਖੇਤੀ ਯਾਨੀ ਕਿ ਕਣਕ ਵੇਲੇ ਕਣਕ ਤਾਂ ਇੰਨੇ ਆਪਣਾ ਪਾਣੀ ਨਹੀਂ ਚੋੜਦੀ ਬਾਕੀ ਜਿਹੜੀ ਨਸ਼ਿਆਂ ਦੇ ਪਿੱਛੇ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਟੋਟਲੀ ਇਹ ਕਿਸਾਨ ਦੇ ਜਿਹੜੀਆਂ ਉਪਜਾਂ ਨੇ ਜਿਵੇਂ ਅਨਾਜ ਹੋ ਗਿਆ ਫਰੂਟ ਹੋ ਗਏ ਸਬਜ਼ੀ ਹੋ ਗਈ ਹਰ ਚੀਜ਼ ਪਿੱਛੇ ਬਾਈ ਜੀ ਬਹੁਤ ਬਹੁਤ ਵੱਡਾ ਖੜਾ ਹੋ ਸਕਦਾ ਕਿਸਾਨ ਤੁਸੀਂ ਜਿਹੜੀ ਨਸ਼ਿਆਂ ਦੀ ਗੱਲ ਕੀਤੀ ਉਹਦੀ ਆਪੋਸ ਦੀ ਖੇਤੀ ਆ ਗਈ ਫਿਰ ਆ ਗਈ ਜੀ ਭੰਗ ਦੇਖੋ ਸਾਡੇ ਗੁਰੂ ਜੀ ਨੇ ਮੈਂ ਕਹਿਣਾ ਉਹ ਐਡੇ ਦਿਮਾਗੀ ਬੰਦੇ ਸੀ ਐਡੇ ਯੋਧਾ ਐਡੇ ਜਰਨੈਲ ਬੰਦੇ ਸੀਗੇ ਜਿਨ੍ਹਾਂ ਨੇ 1699 ਦੇ ਵਿੱਚ ਵੀ ਆਹ ਬੂਟੀ ਦੇ ਵਿੱਚ ਇੱਕ ਐਨਰਜੀ ਹੈ ਉਹਨੂੰ ਵੀ ਪੱਟ ਕੇ ਖਾਓ ਤੁਹਾਨੂੰ ਮੈਂ ਦਿਖਾਉਣਾ ਆ ਚੈਨਲ ਤੇ ਵੀ ਦਿਖਾਉਣਾ ਇੰਗਲੈਂਡ ਦੇ ਵਿੱਚ ਹਾਂਜੀ ਜੀ ਬੀ ਡੀ 5% ਤੇ ਜੀ ਬੀ ਡੀ 30% ਆਉਂਦੀ ਹੈ ਠੀਕ ਹੈ 30% ਦੀ ਕੀਮਤ ਹੈਗੀ ਹੈ ਆਹ ਦੇਖੋ ਸੀਬੀਡੀ 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 ਪਲੱਸ ਸੀਬੀਡੀ ਪਲੱਸ ਠੀਕ ਹੈ ਇਹ ਜਿੰਨਾ ਠੰਡਾ ਇਲਾਕਾ ਹੁੰਦਾ ਚੀਕਨੀ ਮਿੱਟੀ ਹੁੰਦੀ ਹੈ ਠੀਕ ਹੈ ਹਾਂਜੀ ਉੱਥੇ ਭੰਗ ਦੇ ਬੂਟੇ ਸਪੈਸ਼ਲ ਹੁੰਦੇ ਨੇ ਇਹ ਉਹਦੇ ਸ਼ਾਇਦ ਤੇਲ ਤੋਂ ਬਣਦੀ ਹੈ ਭੰਗ ਦੇ ਬੂਟੇ ਤੋਂ ਬਣਦੇ ਸਿੱਧੀ ਗੱਲ ਇਹ ਹੈ ਜੀ ਠੀਕ ਹੈ ਉਹਦੇ ਲਿਖਿਆ ਹੋਇਆ ਫੂਡ ਸਪਲੀਮੈਂਟ ਠੀਕ ਹੈ ਫੂਡ ਸਪਲੀਮੈਂਟ ਜਿਹੜੇ ਬੱਚੇ ਹੁਣ ਅੱਜ ਕੱਲ੍ਹ ਉਹ ਖਾਂਦੇ ਨੇ ਜਿੰਮਾਂ 'ਚ ਖਾਂਦੇ ਨੇ ਉਹ ਤੋਂ ਵੀ ਫੂਡ ਸਪਲੀਮੈਂਟ ਨੇ ਫੂਡ ਸਪਲੀਮੈਂਟ ਦਾ ਮਤਲਬ ਜਿਹੜਾ ਤੁਸੀਂ ਫੂਡ ਦੇ ਤੌਰ 'ਤੇ ਖਾ ਸਕਦੇ ਹੋ ਠੀਕ ਹੈ ਸਾਡੇ ਗੁਰੂ ਜੀ ਨੇ 1600 ਉਦੋਂ 1700 ਅੱਜ ਤੋਂ 400 ਸਾਲ ਪਹਿਲਾਂ ਉਹ ਬੂਟੀ 'ਚੋਂ ਤਾਕਤ ਲੱਭਣੀ ਸੀ ਅਤੇ 5% ਦੀ ਕੀਮਤ ਹੈਗੀ ਹੈ 2000 ਰੁਪਇਆ 30% ਦੀ ਕੀਮਤ ਹੈਗੀ ਹੈ 7000 ਰੁਪਇਆ ਜਿੰਨੇ ਜਿਹੜੇ ਐਕਟਰ ਆਪਣੇ ਸ਼ੂਟਿੰਗਾਂ ਕਰਨ ਜਾਂਦੇ ਨੇ ਗੇ ਲੰਡਨ ਇੰਗਲੈਂਡ ਸਾਰੇ ਆਹ ਸੀ ਬੀ ਡੀ ਪ੍ਰਯੋਗ ਕਰਦੇ ਨੇ ਇਹ ਸੀ ਬੀ ਡੀ 'ਚ ਇੰਨੀ ਐਨਰਜੀ ਕਹਿੰਦੇ ਇੰਨੀ ਤਾਕਤ ਹੈਗੀ ਵੀ ਇਹਦੇ ਨਾਲ ਤੁਹਾਡੇ ਬੋਡੀ ਦੀ ਜਿਹੜੇ ਪੇਨ ਹੋਣ ਸ਼ੁਰੂ ਹੋ ਜਾਂਦੀ ਥਕਾਵਟ ਖਤਮ ਹੋ ਜਾਂਦੀ ਹੈ ਤੇ ਸਾਡੇ ਗੁਰੂ ਜੀ ਤਾਂ 400 ਸਾਲ ਪਹਿਲਾਂ ਖੋਜ ਕਰ ਗਏ ਸੀ ਕਿਉਂ ਨੀ ਉਹਨਾਂ ਦੇ ਪੀ ਐਚ ਡੀਆਂ ਹੋਈਆਂ ਵੀ ਉਹਨੇ ਭੰਗ ਕਿਉਂ ਅਲਾਊਡ ਕੀਤੀ ਭੰਗ ਸਿਰਫ ਯੁੱਧ ਵਾਸਤੇ ਵੀ ਯੁੱਧ 'ਚ ਜਾਣਾ ਬੂਟੀ ਪੱਟੋ ਖਾਓ ਚੱਕਦੋ ਫੱਟੇ ਠੀਕ ਹੈ ਕੋਈ ਇਸ ਚੀਜ਼ ਨੂੰ ਗਲਤ ਪਾਸੇ ਵੀ ਲਿਜਾ ਸਕਦਾ ਹੈਗਾ ਮੇਰਾ ਕਿਸੇ ਨੂੰ ਗਲਤ ਮਤਲਬ ਨਹੀਂ ਹੈਗਾ ਕਹਿਣ ਦਾ ਮੈਂ ਤਾਂ ਇਹ ਗੱਲ ਕਹਿਣਾ ਸਾਡੇ ਗੁਰੂ ਜੀ ਦਾ ਖੋਜ 400 ਸਾਲ ਪਹਿਲਾਂ ਕਰ ਗਏ ਜਿਹੜੇ ਉਹ 50-50 ml 7-7 ਹਜ਼ਾਰ ਦੀ ਵਿਕੀ ਜਾਂਦੀ ਹੈ ਵੀ ਕਿਵੇਂ ਉਹਦੇ ਯੂਨਿਟਾਂ ਲੱਗ ਕੇ ਉਰੇ ਫੂਡ ਸਪਲੀਮੈਂਟ ਆ ਉਹਤੇ ਕੋਈ ਰੋਕ ਨਹੀਂ ਹੈਗੀ ਇੰਡੀਆ 'ਚ ਰੋਕ ਹੈ ਇਹਦੀ ਚਲੋ ਅਸੀਂ ਉਰੇ ਬਣਾ ਕੇ ਪੂਰਾ ਕਰਕੇ ਕੰਟਰੋਲ ਕਰਕੇ ਇਹਨੂੰ ਸਪੋਰਟ ਤਾਂ ਕਰ ਸਕਦੇ ਹਾਂ ਮੁਫ਼ਤ 'ਚ ਹੁੰਦੀ ਹੈ ਨਾਲੇ ਮੁਫ਼ਤ 'ਚ ਹੁੰਦੀ ਹੈ ਇਹ ਜਿੰਨਾ ਨਾ ਠੰਡਾ ਇਲਾਕਾ ਹੁੰਦਾ ਉਹਦੇ 'ਚ ਉਨਾ ਵੱਧ ਤੇਲ ਨਿਕਲਦਾ ਉਹਦਾ ਪੱਤਾ ਵੀ ਵੱਡਾ ਹੁੰਦਾ ਹੈਗਾ ਜਿਹੜਾ ਇਹ ਆਪਣਾ ਇਲਾਕਾ ਇਹ ਤਾਂ ਸਾਉਣ ਦੇ ਮਹੀਨੇ 'ਚ ਜਦੋਂ ਮੀਂਹ ਪੈਂਦੇ ਨੇਗੇ ਉਦੋਂ ਹੁੰਦੀਆਂ ਬੂਟੀਆਂ ਠੀਕ ਬਿਲਕੁਲ ਪਰ ਤੁਸੀਂ ਇਹ ਤੋਂ ਪਰਫਿਊਮ ਬਹੁਤ ਬਣਦੇ ਨੇਗੇ ਇਹਦੀ ਤੁਸੀਂ ਖੁਸ਼ਬੂ ਸੁੰਘ ਕੇ ਦਿੱਤੇ ਗੁਰਦਾਸ ਮਾਨ ਦੇ ਉਹ 'ਚ ਵੀ ਜ਼ਿਕਰ ਹੈ ਇਹਦੀ ਲਾਟ ਦਾ ਲਾਟ ਦਾ ਮਤਲਬ ਇਹਦੇ ਫਲੇਵਰ ਦਾ ਇਹਦੇ ਫਲੇਵਰ ਤੋਂ ਜਦੋਂ ਆਹ ਸੀ ਬੀ ਡੀ ਬਣੀ ਜਾਂਦੀ ਹੈ ਇਹਦੇ ਫਲੇਵਰ ਤੋਂ ਪਰਫਿਊਮ ਬਣਦੇ ਨੇਗੇ ਬਹੁਤ ਤਕੜੇ ਤਕੜੇ ਵੀ ਕਹਿਣ ਦਾ ਮਤਲਬ ਇਹਨਾਂ ਨੇ ਕਿੱਥੇ ਤਾਂ ਖੋਜ ਕਰਨੀ ਸੀਗੀ ਇਹਨਾਂ ਨੇ ਵੀ ਉਹਦੀ ਖੇਤੀ ਕਰਕੇ ਉਹਦੇ ਯੂਨਿਟਾਂ ਲਾ ਕੇ ਇਸ ਤਰੀਕੇ ਜਿਵੇਂ ਤੁਹਾਨੂੰ ਪੋਸਟ ਬਾਰੇ ਦੱਸਿਆ ਹੈਗਾ ਦੇਖੋ ਅਫੀਮ ਦੇ ਵਿੱਚ ਕੀ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੈ ਠੀਕ ਹੈ ਮੈਂ ਪ੍ਰਮੋਟ ਨਹੀਂ ਕਰ ਰਿਹਾ ਉਹਨੂੰ ਪਰੰਤੂ ਗੌਰਮੈਂਟ ਧਿਆਨ ਦੇਵੇ ਦੋ ਬੁੱਧੀਜੀਵੀ ਬਿਠਾ ਲਓ ਦੋ ਡਾਕਟਰ ਬਿਠਾ ਲਓ ਫਿਰ ਤੁਸੀਂ ਕਹਿੰਦੇ ਹੋ ਪੰਜਾਬ ਨੂੰ ਸਿਰੇ ਲਾਉਣਾ ਪੰਜਾਬ 25,000 ਕਰੋੜ ਰੁਪਏ ਵਿਆਜ ਭਰਦਾ 7 ਲੱਖ ਨੌਜਵਾਨਾਂ ਨੂੰ 40-40 ਹਜ਼ਾਰ ਵਾਲੀ ਨੌਕਰੀ ਮਿਲ ਸਕਦੀ ਹੈ ਉਹ ਤੁਸੀਂ ਕਿੱਥੋਂ ਉਤਾਰੋਗੇ ਹੁਣ ਤਾਂ ਪਿੱਛੇ ਸਿੱਧੂ ਪਤਨੀ 5 ਲੱਖ ਕਰੋੜ ਹੀ ਕਹਿ ਗਿਆ ਕਰਜ਼ਾ ਉਹ ਉਤਾਰ ਤਾਂ ਦਿਓ ਕੋਈ ਇਹਨਾਂ ਨੂੰ ਕੁਐਸਚਨ ਤਾਂ ਪੁੱਛ ਲਓ ਵੀ ਕਰਜ਼ਾ ਕਿਵੇਂ ਚੜ ਗਿਆ ਉਹ ਜੇ ਤੁਸੀਂ ਇਹੋ ਜਿਹੀਆਂ ਖੇਤੀਆਂ ਇਹੋ ਜਿਹੇ ਤੁਸੀਂ ਅਗਾਂਹ ਵਧੂ ਜਿਹੜੇ ਕੋਈ ਨਾਂ ਲੈ ਕੇ ਆਉਂਗੇ ਤੁਸੀਂ ਉਰੇ ਨਾਂ ਵੇਚੋ ਸਾਡੇ ਐਕਟਰ ਬਾਹਰ ਜਾ ਕੇ 7-7 ਹਜ਼ਾਰ ਰੁਪਏ ਸਾਡਾ ਇੰਡੀਅਨ ਰੁਪਇਆ ਉੱਥੇ ਜਾਈ ਜਾਂਦਾ ਹੈਗਾ ਜਾ ਕੇ ਪਤਾ ਤਾਂ ਕਰ ਲਓ ਕਿਉਂ ਇੰਨੀਆਂ ਛੁੱਟੀਆਂ ਹੁੰਦੀਆਂ ਲੰਡਨ 'ਚ ਸਾਰੇ ਸੀ ਬੀ ਡੀ ਖਾਂਦੇ ਨੇ ਚਾਹੇ ਕੋਈ ਨਹੀਂ ਖਾਂਦਾ ਹੋਊਗਾ ਵੀ ਕਹਿਣ ਦਾ ਮਤਲਬ ਵੀ ਉਹਨੂੰ ਸਾਰੇ ਹੀ ਉਸ ਚੀਜ਼ ਲਾ ਕੇ ਨਾ ਚੱਲੋ ਯੂਜ਼ ਕਰਦੇ ਆ ਗਲਤ ਪ੍ਰਯੋਗ ਕਰ ਰਿਹਾ ਕੋਈ ਇਹ ਉਹ ਫੂਡ ਸਪਲੀਮੈਂਟ ਹੈ ਉਹ ਤਾਂ ਖਾਂਦੇ ਨਾਲ ਕਹਿੰਦਾ ਫੂਡ ਸਪਲੀਮੈਂਟ ਹੈ ਬਿਲਕੁਲ ਤੁਸੀਂ ਦੇਖੋ ਨਾ ਤੁਸੀਂ ਕਿਸ ਚੀਜ਼ ਨੂੰ ਕੀ ਤਰ੍ਹਾਂ ਤੁਸੀਂ ਉਹਨੂੰ ਲੈ ਕੇ ਆ ਰਹੇ ਹੋ ਅੱਗੇ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਕੁਦਰਤ ਨੇ ਜਦੋਂ ਇਨਸਾਨੀ ਜੀਵਨ ਬਣਾਇਆ ਇਨਸਾਨ ਨੂੰ ਅਕਲ ਦਿੱਤੀ ਉਹਨੇ ਇਨਸਾਨ ਨੂੰ ਜਦੋਂ ਚਲੋ ਕੁਦਰਤ ਨੇ ਲਾਈਆਂ ਇਨਸਾਨ ਨੂੰ ਬਿਮਾਰੀਆਂ ਲੱਗੀਆਂ ਉਹਨੇ ਬਿਮਾਰੀਆਂ ਦੇ ਇਲਾਜ ਲੱਭੇ ਉਹਨਾਂ ਦੀਆਂ ਜੜੀਆਂ ਬੂਟੀਆਂ ਪੈਦਾ ਕੀਤੀਆਂ ਤਾਂ ਠੀਕ ਹੈ ਹੁਣ ਐਲੋਪੈਥੀ ਆ ਗਈ ਕੋਈ ਐਕਸੀਡੈਂਟ ਹੋ ਗਿਆ ਦੇਖੋ ਆਯੁਰਵੈਦ ਟਾਂਕੇ ਨਹੀਂ ਲਾ ਸਕਦਾ ਪਰੰਤੂ ਤੁਹਾਨੂੰ ਆਯੁਰਵੈਦ 'ਚ ਹਰ ਜੜੀ ਬੂਟੀ 'ਚੋਂ ਹਰ ਬਿਮਾਰੀ ਦਾ ਇਲਾਜ ਲੱਭ ਜੂਗਾ ਲੋਕ ਵਾਪਸ ਆ ਰਹੇ ਨੇ ਬਿਲਕੁਲ
ਐਲੋਪੈਥਿਕ ਦਵਾਈ ਐਲੋਪੈਥਿਕ ਬਣੀ ਸੀਗੀ ਜਿਵੇਂ ਕੋਈ ਐਕਸੀਡੈਂਟ ਹੋ ਗਿਆ ਟਾਂਕੇ ਲੱਗੇ ਸਰੀਰ ਦੀ ਹੱਡੀ ਟੁੱਟ ਗਈ ਉਹਨੂੰ ਜੋੜਿਆ ਕਰਿਆ ਉਹਦਾ ਵਾਚੀਜ਼ਾਂ ਵਾਸਤੇ ਸੀ ਬਾਕੀ ਤਾਂ ਆਯੁਰਵੈਦਿਕ ਨੇ ਪ੍ਰਫੁੱਲਤ ਕਰਨਾ ਸੀ ਇਹਨਾਂ ਦਾ WHO ਦੇ ਅਧੀਨ ਆਈ ਗਏ ਤੇ ਐਲੋਪੈਥਿਕ ਚਲਾਈ ਗਏ ਚਲਾਈ ਫਿਰ ਥੋੜੀ ਜ਼ਿੰਦਗੀ ਫਾਸਟ ਹੋ ਗਈ ਵੀ ਬੁਖਾਰ ਚੜਿਆ ਘੰਟੇ ਚ ਉਤਰ ਜੇ ਬਥੇਰੇ ਕਈ ਬੰਦੇ ਨੂੰ ਬੁਖਾਰ ਹੀ ਨਹੀਂ ਚੜਿਆ ਸਾਰੀ ਉਮਰ ਹੋ ਗਈ ਸਾਡੇ ਬਲਾਡੇ ਹੈਗੇ ਵੀ ਕਹਿਣ ਦਾ ਮਤਲਬ ਕਈ ਹੈਗੇ ਨੇ ਵੈਦ ਪਤਾ ਨਹੀਂ ਤੁਲਸੀ ਦੇ ਪੱਤੇ ਲੌਂਗ ਲੂੰਗ ਪਾ ਕੇ ਜੋ ਉਹ ਕਹਿੰਦਾ ਪਤਾ ਨਹੀਂ ਦਾਲ ਚੀਨੀ ਖਾਈ ਚਲੋ ਰੋਜ਼ ਦੀ ਅੱਧਾ ਗ੍ਰਾਮ ਪਤਾ ਨਹੀਂ ਗ੍ਰਾਮ ਦਾ ਚੌਥਾ ਹਿੱਸਾ ਬੁਖਾਰ ਹੀ ਨਹੀਂ ਚੜਦਾ ਵੀ ਕਹਿਣ ਦਾ ਮਤਲਬ ਆਯੁਰਵੈਦ 'ਚ ਬਹੁਤ ਫਰਕ ਨੇ ਐਲੋਪੈਥਿਕ ਜਿਹੜੀ ਚਲਾਤੀ ਉੱਥੇ ਹੀ ਪ੍ਰਤਾਪ ਸਿੰਘ ਕਿਰਨ ਨੇ ਸਮਝੌਤਾ ਕੀਤਾ WHO ਤੋਂ ਫੰਡ ਲਏ ਇਹਨਾਂ ਨੇ ਪੰਜਾਬ ਦੇ ਜੇ 100 ਪੇਸ਼ੈਂਟ ਹੁੰਦੇ ਨਾ ਯੂਰੀਏ ਦੇ ਜਾਂ ਯੂਰਿਕ ਐਸਿਡ ਦੇ ਜਿਹੜੇ ਵੱਧ ਖਾਣ ਪੀਣ ਨਾਲ ਬਿਮਾਰੀ ਲੱਗਦੀਆਂ ਤਾਂ 23 ਪੰਜਾਬ 'ਚ ਹੁੰਦੇ ਸੀ ਇਹਨਾਂ ਨੇ ਉਹ ਚੀਜ਼ ਘੇਰੀ ਤੁਸੀਂ ਦੇਖ ਲਓ ਪਹਿਲਾਂ CMC ਹੁੰਦਾ ਸੀ DMC ਹੁੰਦਾ ਸੀ DMC ਵੀ ਬਾਅਦ 'ਚ ਬਣਿਆ ਹੁਣ ਦੇਖ ਲਓ ਹਾਰਟ ਵਾਲੇ ਕਿੰਨੇ ਹਸਪਤਾਲ ਨੇ ਕਿੰਨੇ ਸਟੰਟ ਪਈ ਜਾਂਦੇ ਨੇ ਕਿੰਨੇ ਬ੍ਰੇਨ ਐਮਰੇਜ ਹੋਈ ਜਾਂਦੇ ਨੇ ਬਹੁਤ ਬੁਰੇ ਹਾਲਾਤ ਨੇ ਜੀ ਇਹ ਨਸ਼ਾ ਚਲੋ ਹੁਣ ਤਾਂ ਨਸ਼ੇ ਬਹੁਤ ਐਡਵਾਂਸ ਹੋ ਗਏ ਕੈਮੀਕਲ ਹੋ ਗਏ ਬੁਪੋਇਨੋਰਫਨ ਤੋਂ ਬਣਨ ਲੱਗ ਗਏ ਚਿੱਟੇ ਬਣਨ ਲੱਗ ਗਏ ਸਿੰਥੈਟਿਕ ਚਿੱਟੇ ਬਣਨ ਲੱਗ ਗਏ ਪੋਸਟ ਦੀ ਖੇਤੀ ਨੂੰ ਬੜਾ ਉਭਾਰ ਕੇ ਪੇਸ਼ ਕੀਤਾ ਜਾਂਦਾ ਉਹ ਵੀ ਕਿਤੇ ਨਾ ਕਿਤੇ ਸਵਾਲ ਹੈ ਕਿ ਜਿਹੜਾ ਫੀਮ ਦਾ ਰੇਟ ਆ ਉਹ 8000 ਰੁਪਏ ਕਿਲੋ ਹੈ ਅਤੇ ਨਾਲ ਜਿਹੜਾ ਜਿਹੜਾ ਬਾਅਦ ਜਿਹੜਾ ਬਚ ਜਾਂਦਾ ਜਿਹਨੂੰ ਅਸੀਂ ਪੋਸਟ ਕਹਿ ਦਿੰਦੇ ਹਾਂ ਉਹ ਬਹੁਤ ਸਸਤਾ ਹੈ ਜਿਹੜਾ ਸਾਨੂੰ ਅਖਬਾਰਾਂ ਦੇ ਵਿੱਚ ਦਿਖਾਇਆ ਜਾਂਦਾ ਉਹ ਤਾਂ ਇੰਟਰਨੈਸ਼ਨਲ ਰੇਟ ਦੱਸ ਦਿੱਤਾ ਜਾਂਦਾ ਜਾਂ ਬਲੈਕ ਦਾ ਰੇਟ ਦੱਸ ਦਿੰਦਾ ਜਾਂਦਾ ਪਰ ਅਸਲ ਦੇ ਵਿੱਚ ਤਾਂ ਜੇ ਤੁਸੀਂ ਵੇਚਣੀ ਹੋਈ ਤਾਂ ਸਾਨੂੰ ਤਾਂ ਸਰਕਾਰੀ ਰੇਟ ਦੇ ਵੇਚਣੀ ਪੈਣੀ ਹੈ ਤਾਂ ਇਹ ਵੀ ਇੱਕ ਪਿਕਚਰ ਕਲੀਅਰ ਕੀਤੀ ਹੈ ਨਾਲੇ ਉਹਨਾਂ ਕਿਹਾ ਕਿ ਜੇਕਰ ਛੋਟੇ ਕਿਸਾਨਾਂ ਨੂੰ ਆਗਿਆ ਦਿੱਤੀ ਜਾਵੇ ਥੋੜ੍ਹੀ ਥੋੜ੍ਹੀ ਜ਼ਮੀਨ ਦੇ ਵਿੱਚ ਖੇਤੀ ਕਰਨ ਦੀ ਪੋਸਟ ਦੀ ਤਾਂ ਇਹਦੇ ਨਾਲ ਜਿਹੜਾ ਕਿਸਾਨ ਵੀ ਬਚ ਜਾਵੇਗਾ ਅਤੇ ਨੌਜਵਾਨ ਨਸ਼ਿਆਂ ਤੋਂ ਵੀ ਬਚ ਜਾਣਗੇ ਵਧੀਆ ਗੱਲਾਂ ਕੀਤੀਆਂ ਇਹਨਾਂ ਨੇ ਸੀਰੀਜ਼ ਪੂਰੀ ਤੁਹਾਨੂੰ ਦਿਖਾਈ ਜਿਸ ਦੇ ਵਿੱਚ ਹਰ ਇੱਕ ਉਹ ਚੀਜ਼ ਹੋਈ ਜਿਹੜੀ ਚੀਜ਼ ਨੂੰ ਤੁਸੀਂ ਜਾਣਨਾ ਚਾਹੁੰਦੇ ਸੀ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਲੋਕ ਵਾਈ TV ਦੇ ਨਾਲ ਕੈਮਰਾ ਪਰਸਨ ਹਿਮਤਾ ਆਈਟਰਾਂ ਦੇ ਨਾਲ ਮੈਂ ਮਨਿੰਦਰਜੀਤ ਸਿੱਧੂ